ਹਾਂਜੀ ਪਿਆਰੇ ਵਿਦਿਆਰਥੀਓ ਤੁਹਾਡਾ ਸਵਾਗਤ ਹੈ ਮੇਰੇ ਚੈਨਲ এডੂਕੇਸ਼ਨ ਸਿੰਪਲੀਫਾਈਡ ਬਾਈ OCDSC ਦੇ ਉੱਪਰ ਸੋ ਸਿੱਖਿਆ ਜਗਤ ਨਾਲ ਜੁੜੀ ਹਮੇਸ਼ਾ ਲਈ ਹਰੇਕ ਸਹੀ ਅਤੇ ਸਟੀਕ ਜਾਣਕਾਰੀ ਪ੍ਰਾਪਤ ਕਰਨ ਦੇ ਲਈ এডੂਕੇਸ਼ਨ ਸਿੰਪਲੀਫਾਈਡ ਬਾਈ OCDSC ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲੋ ਸ਼ੁਰੂ ਕਰਦੇ ਹਾਂ ਅੱਜ ਦਾ ਵੀਡੀਓ ਤਾਂ ਇਸ ਵੀਡੀਓ ਦੇ ਥੰਬਨੇਲ ਤੁਸੀਂ ਦੇਖ ਰਹੇ ਹੋ ਕਿ ਕੀ ਤੁਸੀਂ ਪੰਜਾਬ ਸੂਬੇ ਦੇ ਵਸਨੀਕ ਹੁੰਦੇ ਹੋਏ ਦੇਸ਼ ਸੇਵਾ ਕਰਨ ਦਾ ਜਜ਼ਬਾ ਰੱਖਦੇ ਹੋ ਕੀ ਤੁਸੀਂ ਨੈਸ਼ਨਲ ਡਿਫੈਂਸ ਅਕੈਡਮੀ ਵਿੱਚ ਸ਼ਾਮਲ ਹੋਣ ਦਾ ਸੁਪਨਾ ਪਾਲੀ ਬੈਠੇ ਹੋ ਤਾਂ ਤੁਹਾਡਾ ਹੀ ਸੁਪਨਾ ਹੁਣ ਪੂਰਾ ਹੋਵੇਗਾ ਸੰਪੂਰਨ ਜਾਣਕਾਰੀ ਤੁਹਾਨੂੰ ਇਸ ਵੀਡੀਓ ਵਿੱਚ ਮਿਲਣ ਜਾ ਰਹੀ ਹੈ ਸੋ ਇਹ ਜਾਣਕਾਰੀ ਕੀ ਹੈ ਕਿ AFP I ਜਾਨਕੀ ਆਰਮਡ ਫੋਰਸ ਪ੍ਰੈਪਰੇਟਰੀ ਇੰਸਟੀਚੂਟ ਐਂਟ੍ਰੈਂਸ ਐਗਜ਼ਾਮਿਨੇਸ਼ਨ ਜੋ ਕਿ ਇਹ ਮੋਹਾਲੀ ਦੇ ਵਿੱਚ ਹੈ ਇੰਸਟੀਚੂਟ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸ ਪ੍ਰੈਪਰੇਟਰੀ ਇੰਸਟੀਚੂਟ ਤਾਂ ਇਹ ਲੜਕੀਆਂ ਦੇ ਲਈ ਐਗਜ਼ਾਮ ਦੇ ਐਨਡੀਏ ਦੀ ਤਿਆਰੀ ਕਰਵਾਉਂਦਾ ਹੈ ਲਗਭਗ ਲਗਭਗ ਫ੍ਰੀ ਆਫ ਕਾਸਟ ਹੁੰਦੀ ਹੈ ਇਹ ਠੀਕ ਹੈ ਬਹੁਤ ਘੱਟ ਪੈਸਾ ਤੁਸੀ ਇਹਦੇ ਉੱਪਰ ਖਰਚ ਕਰਨਾ ਹੁੰਦਾ ਹੈ ਜੋ ਕਿ ਸਿਰਫ ਤੁਹਾਡੀ ਸਕੂਲੀ ਸਿੱਖਿਆ ਦੇ ਉੱਪਰ ਹੁੰਦਾ ਹੈ ਬਾਕੀ ਸਾਰਾ ਕੁਝ ਮੁਫਤ ਹੁੰਦਾ ਹੈ ਸੋ ਇਹਦੇ ਬਾਰੇ ਤੁਹਾਨੂੰ ਮੈਂ ਦੱਸਣ ਜਾ ਰਿਹਾ ਤਾਂ ਇਹ ਐਂਟ੍ਰਾਂਸ ਜਿਹੜਾ ਐਗਜ਼ਾਮ ਹੈ 13ਵੀਂ ਵਾਰ ਹੋਣ ਜਾ ਰਿਹਾ ਹੈ 15 ਜਨਵਰੀ 2023 ਨੂੰ ਇਹਦੇ ਵਿੱਚ ਇੰਗਲਿਸ਼ ਮੈਥ ਅਤੇ ਸੋਸ਼ਲ ਸਾਇੰਸ ਦੇ ਕੁਐਸਚਨ ਐਮਸੀਕਿਊ ਤੁਹਾਨੂੰ ਆਉਣਗੇ ਜੋ ਕਿ 10th ਸਟੈਂਡਰਡ ਦੇ ਉੱਪਰ ਹੋਣਗੇ ਠੀਕ ਹੈ ਸਤ ਸਤ ਤੁਹਾਨੂੰ ਅਗਰ ਤੁਸੀਂ 10ਵੀਂ ਪਾਸ ਕਰ ਚੁੱਕੇ ਹੋ ਜਾਂ 11ਵੀਂ ਕਰ ਰਹੇ ਹੋ ਤਾਂ ਤੁਸੀਂ ਦੋਨੋਂ ਹੀ ਅਪਲਾਈ ਕਰ ਸਕਦੇ ਹੋ ਐਲੀਜੀਬਿਲਟੀ ਕੀ ਹੈ ਯੂ ਸ਼ੁਡ ਬੀ ਡੋਮਿਸਾਈਲ ਆਫ ਪੰਜਾਬ ਤੁਸੀਂ ਪੰਜਾਬ ਦੇ ਵਸਨੀਕ ਹੋਣੇ ਚਾਹੀਦੇ ਹੋ 2 ਜੁਲਾਈ 2006 ਤੋਂ ਬਾਅਦ ਦਾ ਤੁਹਾਡਾ ਜਨਮ ਹੋਣਾ ਚਾਹੀਦਾ ਹੈ ਓਕੇ ਮਸਟ ਬੀ ਸਟੱਡਿੰਗ ਇਨ ਕਲਾਸ 10th 11th ਵਾਲੇ ਵੀ ਅਪਲਾਈ ਕਰ ਸਕਦੇ ਨੇ highly subsidized education for 11th and 12th class in one of the best school in mohali mohali de sabto uttam schoolan de vichon kise ik school de vich tonu 11vi ate 12vi non medical di padhai karwai javegi excellent sports extra curricular activities tonu karwaiyan jandiyan modern hostel aadhunik hostel tonu milega vyaktigat room milange theek hai with attached bathroom and eh sara kuch free of cost hovega ਅਪਲਾਈ ਕਰਨ ਦੇ ਲਈ ਤੁਸੀਂ ਵੈਬਸਾਈਟ ਜੋ ਲਿੰਕ ਦੇਖ ਰਹੇ ਹੋ ਇਸ ਦੇ ਉੱਪਰ ਜਾ ਕੇ ਅਪਲਾਈ ਕਰਨਾ 1 ਦਸੰਬਰ 2022 ਤੋਂ 5 ਜਨਵਰੀ 2023 ਤੱਕ ਅਪਲਾਈ ਕਰ ਸਕਦੇ ਹੋ ਓਕੇ ਫॉर ਕੁਇਰੀਜ਼ ਦਾ ਇੱਕ ਇੱਥੇ ਨੰਬਰ 기ਵਨ ਨੇ ਕੁਛ ਤਾਂ ਤੁਸੀਂ ਇਹਨਾਂ ਨੰਬਰਾਂ ਦੇ ਉੱਪਰ ਸੰਪਰਕ ਕਰ ਸਕਦੇ ਹੋ 9 ਵਜੇ ਤੋਂ ਲੈ ਕੇ 5 ਵਜੇ ਸ਼ਾਮ ਦੇ ਵਿੱਚ ਤੱਕ ਸਿਰਫ ਵਰਕਿੰਗ ਡੇਜ਼ ਦੇ ਵਿੱਚ ਤਾਂ ਕ੍ਰਾਈਟੇਰੀਆ ਤੁਹਮੇ ਦੱਸ ਤਾ ਕਿ ਤੁਸੀਂ ਪੰਜਾਬ ਦੇ ਵਸਨੀਕ ਹੋਣੇ ਚਾਹੀਦੇ ਹੋ ਠੀਕ ਹੈ ਕਲਾਸ 10ਵੀਂ ਦੇ ਵਿੱਚ ਪੜ ਰਹੇ ਹੋਣੇ ਚਾਹੀਦੇ ਹੋ ਡਿਜ਼ਾਇਰਸ ਆਫ ਜੁਆਇਨਿੰਗ ਐਨਡੀਏ ਐਨਡੀਏ ਜੁਆਇਨ ਕਰਨਾ ਤੁਹਾਡਾ ਸੁਪਨਾ ਹੋਣਾ ਚਾਹੀਦਾ ਹੈ ਠੀਕ ਹੈ ਤੇ ਡੇਟ ਆਫ ਬਰਥ ਜਿਹੜੀ 2 ਜੁਲਾਈ 2006 ਜਾਂ ਉਸ ਤੋਂ ਬਾਅਦ ਦੀ ਹੋਣੀ ਚਾਹੀਦੀ ਹੈ ਨਾਟ ਬਿਫੋਰ ਮਤਲਬ ਇਸ ਤੋਂ ਪਹਿਲਾਂ ਦੀ ਨਹੀਂ ਹੋਣੀ ਚਾਹੀਦੀ ਅੱਗੇ ਗੱਲ ਕਰੀਏ ਆਪਾਂ ਐਂਟਰੈਂਸ ਪ੍ਰੋਸੀਜਰ ਦੀ ਤਾਂ ਰਿਟਨ ਟੈਸਟ ਨੂੰ ਦੱਸਦਾ ਮੈਂ 15 ਜਨਵਰੀ 2023 ਨੂੰ ਹੋਵੇਗਾ ਟੋਟਲ ਕੁਐਸਚਨ 200 ਹੋਣਗੇ ਇੰਗਲਿਸ਼ ਦੇ 80 ਕੁਐਸਚਨ ਮੈਥ ਦੇ 80 ਕੁਐਸਚਨ ਤੇ ਸੋਸ਼ਲ ਸਾਇੰਸ ਦੇ 40 ਕੁਐਸਚਨ 80 160 ਤੇ 40 200 ਸੋ ਟੋਟਲ 200 ਕੁਐਸਚਨ ਤੁਹਾਨੂੰ ਆਉਣਾ ਹੈ 10ਵੀਂ ਦੇ ਲੈਵਲ ਹੋਏਗਾ 10ਵੀਂ ਪੱਧਰ ਦੇ ਕੁਐਸਚਨ ਹੋਣਗੇ ਟੈਸਟ ਵਿਲ ਬੀ ਆਬਜੈਕਟਿਵ ਟਾਈਪ ਯਾਨੀ ਕਿ ਐਮਸੀਕਿਊ ਬੇਸ ਟੈਸਟ ਹੋਵੇਗਾ ਤੇ ਓਐਮਆਰ ਸ਼ੀਟ ਦੇ ਉੱਪਰ ਤੁਹਾਨੂੰ ਆਨਸਰ ਕਰਨੇ ਹੋਣਗੇ ਸੋ ਇਸ ਤੋਂ ਉਪਰੰਤ ਆਪਾਂ ਗੱਲ ਕਰੀਏ ਸਿਲੈਕਟਡ ਕੈਂਡੀਡੇਟਸ ਵਿਲ ਬੀ ਕਾਲਡ ਫਾਰ ਇੰਟਰਵਿਊ ਅਤੇ ਉਹਨਾਂ ਦਾ ਕਮਿਊਨੀਕੇਸ਼ਨ ਸਕਿਲਸ ਜਨਕੇ ਸੰਚਾਰ ਕਰਨ ਦੀਆਂ ਜਿਹੜੇ ਨਿਪੁੰਨਤਾਵਾਂ ਹੁੰਦੀਆਂ ਨੇ ਉਹਨਾਂ ਦੀ ਪ੍ਰੀਖਿਆ ਹੋਵੇਗੀ ਫਰਬਰੀ ਮਾਰਚ 2023 ਦੇ ਵਿੱਚ ਕੈਂਡੀਡੇਟ ਸਕਸੈਸਫੁਲ ਇਨ ਇੰਟਰਵਿਊ ਐਂਡ ਕਮਿਊਨੀਕੇਸ਼ਨ ਸਕਿਲਸ ਵਿਲ ਬੀ ਮੈਡੀਕਲੀ ਐਗਜ਼ਾਮਿੰਡ ਫਿਰ ਉਹਨਾਂ ਦਾ ਮੈਡੀਕਲ ਟੈਸਟ ਲਿਆ ਜਾਵੇਗਾ ਮਤਲਬ ਸਿਹਤ ਪੱਖੋਂ ਉਹ ਕਿੰਨੇ ਕੁ ਮਤਲਬ ਸਹੀ ਨੇ ਤਾਂ ਉਹ ਚੈੱਕ ਕਰਨ ਤੋਂ ਬਾਅਦ ਤੁਹਾਨੂੰ ਜਿਹੜਾ ਹੈਗਾ ਕਿ ਐਡਮਿਸ਼ਨ ਦਿੱਤੀ ਜਾਵੇਗੀ ਕਿਸੇ ਵੀ ਬੈਸਟ ਸਕੂਲ ਦੇ ਵਿੱਚ ਇਸ ਤੋਂ ਪ੍ਰਾਂਤਾਂ ਦਾ ਪ੍ਰੋਗਰਾਮ ਡਿਊਰੇਸ਼ਨ ਜਿਹੜੀ ਹੈਗੀ 2 ਸਾਲ ਦੀ ਹੈ ਜਾਨੀ ਕਿ ਤੁਹਾਨੂੰ +1 ਅਤੇ +2 ਨਾਨ ਮੈਡੀਕਲ ਦੀ ਪੜ੍ਹਾਈ ਕਰਾਈ ਜਾਵੇਗੀ 1 ਸਾਲ ਦੇ ਵਿੱਚ 48 ਕੈਂਡੀਡੇਟ ਸਿਲੈਕਟ ਕੀਤੇ ਜਾਂਦੇ ਨੇ ਸੋ ਟੋਟਲ ਐਟ ਅ ਟਾਈਮ 96 ਕੈਂਡੀਡੇਟ ਹੋਣਗੇ ਕਿਉਂਕਿ 1 ਸਾਲ ਦੇ ਪਹਿਲਾਂ ਦੇ 48 ਚੱਲ ਰਹੇ ਹੁੰਦੇ ਤਿੱਕ 1 ਸਾਲ ਦੇ 48 ਨਵੇਂ ਆ ਜਾਂਦੇ ਤਾਂ ਟੋਟਲ ਹੋਗੇ 96 ਸੋ ਤੁਸੀਂ 48 ਦੇ ਵਿੱਚ ਆ ਸਕਦੇ ਹੋ ਜੇ ਤੁਸੀਂ ਥੋੜਾ ਜਿਹਾ ਵੀ ਆਪਣਾ ਜਜ਼ਬਾ ਦਿਖਾਉਂਦੇ ਹੋਏ ਤਿਆਰੀ ਕਰੋ ਇਗਜ਼ਾਮ ਦੀ ਤੇ ਦੇਸ਼ ਪ੍ਰਤੀ ਸੇਵਾ ਕਰਨ ਦੇ ਲਈ ਜੁਟ ਸਕਦੇ ਹੋ ਮੌਕਾ ਤੁਹਾਨੂੰ ਸੁਨਹਿਰੀ ਇਹ ਮਿਲ ਰਿਹਾ ਹੈ ਸੋ ਅੱਗੇ ਆਪਾਂ ਗੱਲ ਕਰੀਏ ਟ੍ਰੇਨਿੰਗ ਤੁਹਾਨੂੰ ਕੀ ਕੀ ਮਿਲਣਾ ਹੈ ਅਕੈਡੈਮਿਕ ਟ੍ਰੇਨਿੰਗ ਤੁਹਾਨੂੰ ਪਲੱਸ 1 ਪਲੱਸ 2 ਦੀ ਮਿਲੇਗੀ ਮਿਲੇਗੀ ਨਾਨ ਮੈਡੀਕਲ ਦੀ ਠੀਕ ਹੈ ਉਸ ਤੋਂ ਬਾਅਦ ਨਾਲ ਤੁਹਾਨੂੰ ਮਿਲੇਗਾ ਕੰਪਿਊਟਰ ਸਾਇੰਸ ਫਿਜ਼ੀਕਲ এডਿਊਕੇਸ਼ਨ ਫਿਜ਼ੀਕਲ ਫਿਟਨੈਸ ਸਪੋਰਟਸ ਸਵਿਮਿੰਗ ਫਾਇਰਿੰਗ ਐਂਡ ਡ੍ਰਿਲ ਮਤਲਬ ਇਹ ਸਾਰਾ ਕੁਝ ਤੁਹਾਨੂੰ ਮਿਲਣ ਜਾ ਰਿਹਾ ਹੈ ਇਹ ਹਰ ਚੀਜ਼ ਤੁਹਾਨੂੰ ਅਗਰ ਖਰੀਦਣੀ ਪਵੇ ਮਤਲਬ ਆਪਾਂ ਆਪਣੇ ਪ੍ਰਾਈਵੇਟ ਨਿੱਜੀ ਤੌਰ ਤੇ ਲੈਣੇ ਤਾਂ ਬਹੁਤ ਲੱਖਾਂ ਰੁਪਏ ਦਾ ਉੱਪਰ ਖਰਚ ਹੁੰਦਾ ਪਰ ਇਹ ਤੁਹਾਨੂੰ ਮਹਾਰਾਜਾ ਰਣਜੀਤ ਸਿੰਘ ਇੰਸਟੀਚਿਊਟ ਵੱਲੋਂ ਬਿਲਕੁਲ ਫ੍ਰੀ ਸਾਰੀਆਂ ਸੁਵਿਧਾਵਾਂ ਮਿਲਣ ਜਾ ਰਹੀਆਂ ਨੇ ਤੁਸੀਂ ਸਿਰਫ ਪਲੱਸ 1 ਅਤੇ ਪਲੱਸ 2 ਦੀ ਜਿਹੜੀ ਸਕੂਲ ਫੀਸ ਹੁੰਦੀ ਹੈ ਉਹ ਦੇਣੀ ਹੈ ਉਹ ਵੀ ਕਿਸ਼ਤਾਂ ਦੇ ਵਿੱਚ ਦੇਣੀ ਹੋਵੇਗੀ ਸੋ ਇਸ ਤੋਂ ਅੱਗੇ ਆਪਾਂ ਗੱਲ ਕਰਦੇ ਆਂਗੇ ਪਰਸਨੈਲਿਟੀ ਡਿਵੈਲਪਮੈਂਟ ਕਮਿਊਨੀਕੇਸ਼ਨ ਸਕਿੱਲ ਸੌਫਟ ਸਕਿੱਲ ਇਹ ਵੀ ਟ੍ਰੇਨਿੰਗ ਤੁਹਾਨੂੰ ਮਿਲੇਗੀ ਤੇ ਨਾਲ ਹੀ ਸਰਵਿਸਿਸ ਸੈLECTION ਬੋਰਡ ਜੋ ਐਂਟ੍ਰੈਂਸ ਐਨਡੀੀ ਐਗਜ਼ਾਮ ਹੁੰਦਾ ਹੈ ਉਹਦੀ ਤਿਆਰੀ ਵੀ ਤੁਹਾਨੂੰ ਫ੍ਰੀ ਆਫ ਕਾਸਟ ਇਸ ਦੇ ਤਹਿਤ ਕਰਵਾਈ ਜਾਵੇਗੀ ਨਾਲ ਹੀ ਤੁਹਾਨੂੰ ਬੋਰਡਿੰਗ ਲੌਜ਼ਿੰਗ ਮਤਲਬ ਕਿ ਤੋਂ ਲੈ ਕੇ ਆਉਣਾ ਲੈ ਕੇ ਜਾਣਾ ਮੈਸਿੰਗ ਯਾਨੀ ਕਿ ਖਾਣਾ ਪੀਣਾ ਯੂਨੀਫਾਰਮ ਇਹ ਸਾਰਾ ਕੁਝ ਫ੍ਰੀ ਆਫ ਕਾਸਟ ਮਿਲਣਾ ਹੈ 올 ਟ੍ਰੇਨਿੰਗ ਐਟ ኤਫਪੀਆਈ ਫ੍ਰੀ ਆਫ ਕਾਸਟ ਕੈਡੀਟਸ ਓਨਲੀ ਪੇ ਸਕੂਲ ਫੀਸ ਇਸ ਸਕੂਲ ਫੀਸ ਦੇਣੀ ਹੈ ਸਿਰਫ 50000 ਰੁਪਏ ਅਪ੍ਰੋਕਸੀਮੇਟਲੀ ਪਰ ਸਾਲ ਪ੍ਰਤੀ ਸਾਲ ਠੀਕ ਹੈ ਉਹ ਵੀ 10 ਇਨਸਟਾਲਮੈਂਟ ਦੇ ਵਿੱਚ ਦੇਣੀ ਹੈ ਸੋ ਮੈਨੂੰ ਲੱਗਦਾ ਇਹ ਬਹੁਤ ਵਧੀਆ ਜਾਣਕਾਰੀ ਤੁਹਾਡੇ ਲਈ ਹੋਵੇਗੀ ਤੇ ਤੁਹਾਡੇ ਚੋਂ ਕਿਸੇ ਦਾ ਵੀ ਜਿਹੜਾ ਇਹ ਐਨਡੀਏ ਵਿੱਚ ਜਾਣ ਦਾ ਸੁਪਨਾ ਹੈ ਉਹ ਪੂਰਾ ਹੋ ਸਕਦਾ ਹੈ ਸੋ ਇਹ ਜਾਣਕਾਰੀ ਤੁਹਾਡੇ ਲਈ ਫਾਇਦੇਮੰਦ ਹੋਵੇ ਤਾਂ ਜਰੂਰ ਦੇਖੋ ਨਹੀਂ ਹੋਵੇ ਤਾਂ ਅੱਗੇ ਸ਼ੇਅਰ ਕਰਦੇ ਹੋ ਥੈਂਕ ਯੂ ਥੈਂਕਸ ਫॉर ਵਾਚਿੰਗ